मेलबर्न के गुरु घर विखे बच्चों वालों प्लांट्स लाए गए ते होर भी एक अहम गल उत्थे ए वेखण नूं मिली कि उत्थे जूठ नूं लैके भी एक विशेष उपराला कीता गया। साडे लई इह बहुत माण दी गल आ ते विक्टोरिया दे मेलबर्न दे गुरद्वारा श्री गुरु नानक दरबार ऑफिसर इलाके दे नां आ उत्थे गुरद्वारा उभरिया होया नवां ਉਹਦੀ ਮੈਨੇਜਮੈਂਟ ਵੀ ਬਹੁਤ ਹੀ ਨੇਕ ਬੰਦਿਆਂ ਦੇ ਹੱਥਾਂ ਦੇ ਵਿੱਚ ਆ ਅਤੇ ਚੰਗੀ ਸੋਚ ਵਾਲੇ ਡਾਕਟਰ ਹਰਪ੍ਰੀਤ ਸਿੰਘ ਹੋਣੀ ਪ੍ਰੇਮੀ ਨੇ ਕੁਦਰਤ ਦੇ ਐਗਰੀਕਲਚਰ ਦੇ ਸਾਰਾ ਉਹਨਾਂ ਨੇ ਐਤਕੀ ਇਹ ਕੀਤਾ ਪਹਿਲਾਂ ਵੀ ਅੱਗੇ ਕਰਦੇ ਆ ਕਿ ਬੱਚਿਆਂ ਦੇ ਜਿਹੜਾ ਸਕੂਲ ਦੇ ਛੁੱਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਜਿਹੜਾ ਕੈਂਪ ਲਾਇਆ ਗਿਆ ਬੀਤੇ ਦਿਨੀ ਉਹਦੇ ਵਿੱਚ ਨਵਦੀਪ ਇੱਕ ਤਾਂ ਉਹਨਾਂ ਨੇ ਦੱਸਿਆ ਵੀ ਫੂਡ ਵੇਸਟ ਦੀ ਰਿਡਕਸ਼ਨ ਕਿੱਦਾਂ ਕਰਨਾ ਜਿਹੜਾ ਆਪਣੀ ਬੱਚਿਆਂ ਦਾ ਫੂਡ ਖਾਸ ਕਰਕੇ ਦੇਖਿਆ ਜਾਵੇ ਹਰੇਕ ਗੁਰੂ ਘਰਾਂ 'ਚ ਬਾਹਰ ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਲੋੜ ਤੋਂ ਵੱਧ ਫੂਡ ਇੰਨਾ ਐਕਸੈਸ ਵੇਸਟ ਹੁੰਦਾ ਆ ਵੀ ਦੇਖਿਆ ਜਾਵੇ ਤਾਂ ਡਬਲ ਡਬਲ ਟ੍ਰਿਪਲ ਟ੍ਰਿਪਲ ਸਾਂਭਣ ਜੋਗਾ ਨਹੀਂ ਰਹਿੰਦਾ। ਆਸਟ੍ਰੇਲੀਆ ਦੇ ਵਿੱਚ ਰਹਿੰਦੇ ਪੰਜਾਬੀਆਂ ਵੱਲੋਂ ਵੱਖੋ ਵੱਖਰੇ ਕੈਂਪ ਲਾਏ ਜਾਂਦੇ ਨੇ, ਖਾਸ ਕਰਕੇ ਜੇ ਮੈਂ ਗੱਲ ਕਰਾਂ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਲਈ ਉਹਨਾਂ ਵੱਲੋਂ ਟੂਰਨਾਮੈਂਟ ਕਰਵਾਏ ਜਾਂਦੇ ਨੇ, ਉਹ ਭਾਵੇਂ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਸਹਿਯੋਗ ਨਾਲ ਹੋਣ, ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਣ ਜਾਂ ਸਭਾਵਾਂ ਦੇ ਸਹਿਯੋਗ ਨਾਲ ਹੋਣ, ਤਾਂ ਪੰਜਾਬੀ ਰਲ ਮਿਲ ਕੇ ਬਹੁਤ ਵੱਡੇ ਉਪਰਾਲੇ ਨੇ ਜਿਹੜੇ ਉਹ ਕਰ ਰਹੇ ਨੇ। ਸੋ ਇਸ ਨਿਊ ਸਾਊਥ ਵੇਲ ਦੇ ਹੌਕੀ ਦੇ ਜਿਹੜੇ ਸਾਡੇ ਸਿਡਨੀ ਦੇ ਆ ਉਹਨਾਂ ਨੇ ਉਹ ਜਿਹੜਾ ਚੈਂਪੀਅਨਸ਼ਿਪ ਜਿੱਤੀ ਆ ਉਹਨਾਂ ਨੂੰ ਵਧਾਈਆਂ। ਦੂਜੇ ਨੰਬਰ 'ਤੇ ਐਡਲੇਡ ਸਿਕਸ ਵਨ ਟੀਅਰ ਚੀਅਰ ਟੂ ਟਾਈਟ ਦੂਜੇ ਨੰਬਰ 'ਤੇ ਉਹ ਆਏ ਅਤੇ ਇੱਦਾਂ ਹੀ ਬੱਚਿਆਂ ਦੀਆਂ ਅਤੇ ਲੇਡੀਜ਼ ਦੀਆਂ ਟੀਮਾਂ ਵੀ ਐਡਲੇਡ ਦੀਆਂ ਉਹਨਾਂ ਨੇ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਲਿਆ ਅਤੇ ਹਾਰਨ ਵਾਲਿਆਂ ਨੂੰ ਵੀ ਧੰਨਵਾਦ ਉਹਨਾਂ ਦਾ ਵੀ ਹਿੱਸਾ ਲਿਆ। ਇੱਕ ਵਾਰੀ ਇੱਦਾਂ ਹੁੰਦੀ ਆ ਜਿੱਤੇ ਅਤੇ ਹਾਰੇ ਬਰਾਬਰ ਹੀ ਹੁੰਦਾ, ਪਰ ਇਹ ਬਹੁਤ ਚੰਗੀ ਗੱਲ ਆ ਵੀ ਸਾਰੀਆਂ ਗੱਲਾਂ ਤੋਂ ਉੱਪਰ ਉੱਠਦੇ ਹਾਂ ਜਦ ਤੱਕ ਆਪਾਂ ਰੋਕਦੇ ਹਾਂ। ਇਹ ਗੇਮਾਂ ਦਾ ਮਾਹੌਲ ਜੋ ਬਣਦਾ ਆ ਬਹੁਤ ਹੀ ਚੰਗਾ ਗੱਲ ਆ, ਇਹ ਪ੍ਰੋਸੈਸ ਚੱਲਦੇ ਰਹਿਣੇ ਚਾਹੀਦੇ। ਜੋ ਆਸਟ੍ਰੇਲੀਆ ਦੇ ਵਿੱਚ ਵੋਇਸ ਰੈਫਰੈਂਡਮ ਚੱਲ ਰਿਹਾ ਉਸ ਦੇ ਲਈ ਯੈਸ ਵੋਟਿੰਗ ਕੀਤੀ ਜਾ ਰਹੀ ਹੈ, ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ? ਦੇਖਿਆ ਜਾਵੇ ਤਾਂ ਕਹਿ ਨਹੀਂ ਸਕਦੇ ਵੀ ਯੈਸ ਹੋਰੇ ਨੋ ਵੀ ਹੋ ਰਹੀ ਆ, ਆਪਣਾ ਆਪਣਾ ਅਧਿਕਾਰ ਆ ਉਹਦੇ ਉੱਤੇ। ਕੁਛ ਇੱਕ ਬੰਦੇ ਨੋ ਦਾ ਵੀ ਆ ਬਰਾਬਰ ਬਰਾਬਰ ਹੁਣ ਆਉਣ ਆ ਰਿਹਾ, ਪਹਿਲਾਂ ਯੈਸ ਦੇ ਵਿੱਚ ਕਾਫੀ ਮੈਜੋਰਟੀ ਸੀਗਾ, ਹੁਣ ਉਹ ਇਹ ਆ ਰਿਹਾ ਵੀ ਜਿੱਦਾਂ ਹੁਣ ਆਪਣੇ ਰਿਜ਼ਰਵੇਸ਼ਨ ਆ। ਕੁਛ ਲੋਕਾਂ ਨੇ ਇਹ ਕਿਹਾ ਵੀ ਜਿਹੜੇ ਕਹਿੰਦੇ ਵੀ ਪਹਿਲਾਂ ਹੀ ਉਹਨਾਂ ਨੂੰ ਅਧਿਕਾਰ ਹੈਗੇ ਐਬੋਰੀਜਨਲ ਲੋਕ ਜਾਂ ਜਿਹੜੇ ਮੂਲ ਨਿਵਾਸੀ ਆ ਪਹਿਲਾਂ ਦੇ ਬਸ਼ਿੰਦੇ ਆਦਿ ਆ ਉਹਨਾਂ ਦੇ ਜਦੋਂ ਅਸੀਂ ਜੋਬ ਅਪਲਾਈ ਕਰਦੇ, ਖਾਸ ਕਰਕੇ ਮੈਂ ਆਪਣੇ ਵੀ ਦੱਸਦਾ ਕਿ ਮੈਂ ਟੀਚਿੰਗ ਦੀ ਪਹਿਲਾਂ ਜੋਬ ਅਪਲਾਈ ਕਰਦਾ ਹੁੰਦਾ ਸੀ ਜਾਂ ਕਿਤੇ ਹੋਰ ਕਰਨੀ ਜਾਂ ਹੋਰ ਕੋਈ ਕਰਨਾ ਆਉਣ ਵੇਲੇ ਤਾਂ ਉਹਦੇ ਵਿੱਚ ਥੱਲੇ ਲਿਖਿਆ ਹੁੰਦਾ ਵੀ ਪ੍ਰੈਫਰੈਂਸ ਜਿਹੜੀ ਆ ਉਹ ਲੋਕਲ ਜਾਂ ਉਹਦਾ ਕੋਟਾ ਹੁੰਦਾ ਜਿਹੜੇ ਆਦਿਵਾਸੀ ਆ ਜਾਂ ਮੂਲ ਨਿਵਾਸੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਜਿੱਦਾਂ ਫਿਰ ਪੰਜਾਬ ਵਿੱਚ ਵੀ ਇਹ ਹੋਣਾ ਚਾਹੀਦਾ, ਪੰਜਾਬ ਦੇ ਡੋਮੀਸਾਈਲ ਤੋਂ ਪ੍ਰੈਫਰੈਂਸ ਪਹਿਲਾਂ ਹੋਵੇ, ਨਾ ਕਿ ਬਾਹਰੋਂ ਸਰਕਾਰਾਂ ਲਿਆ ਕੇ ਹਿਮਾਚਲ ਹਰਿਆਣੇ ਵੱਲੋਂ ਜੋਬਾਂ ਥੋੜੀਆਂ ਪੰਜਾਬੀਆਂ ਦੀ ਉਹਨਾਂ ਨੂੰ ਪ੍ਰੋਵਾਈਡ ਕਰਾਉਣ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ, ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ। ਇਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਝਾਤ ਮਾਰਦੇ ਹਾਂ ਆਸਟ੍ਰੇਲੀਆ ਦੇ ਚੱਪੇ ਚੱਪੇ 'ਤੇ, ਜਾਣਕਾਰੀ ਇਕੱਠੀ ਕਰਦੇ ਹਾਂ ਉੱਥੋਂ ਦੀ ਕਿ ਆਖਿਰਕਾਰ ਕੀ ਕੁਛ ਚੱਲ ਰਿਹਾ ਖਾਸ ਆਸਟ੍ਰੇਲੀਆ ਦੇ ਵਿੱਚ, ਅਤੇ ਨਾਲੇ ਗੱਲਾਂ ਬਾਤਾਂ ਹੁੰਦੀਆਂ ਨੇ ਪੰਜਾਬ ਅਤੇ ਭਾਰਤ ਦੇ ਪੱਖ ਦੇ ਮਸਲਿਆਂ ਨੂੰ ਲੈ ਕੇ ਕਿ ਆਖਿਰਕਾਰ ਪੰਜਾਬ 'ਚ ਕੀ ਚੱਲ ਰਿਹਾ, ਭਾਰਤ ਦੇ ਵਿੱਚ ਕੀ ਚੱਲ ਰਿਹਾ। ਸੱਤ ਸਮੁੰਦਰ ਪਾਰ ਆਸਟ੍ਰੇਲੀਆ ਦੇ ਵਿੱਚ ਬੈਠੇ ਸਾਡੇ ਜਿਹੜੇ ਪੰਜਾਬੀ ਨੇ ਉਹ ਕੀ ਸੋਚਦੇ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ, ਸੋ ਸਾਰੀਆਂ ਹੀ ਗੱਲਾਂ 'ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਅਕਸਰ ਆਸਟ੍ਰੇਲੀਆ ਤੋਂ ਜੁੜਦੇ ਨੇ ਕਰਨੈਲ ਸਿੰਘ ਜੀ, ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਕਰਨੈਲ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ, ਥੈਂਕ ਯੂ ਜੀ ਜੀ। ਕਰਨੈਲ ਸਿੰਘ ਜੀ, ਸ਼ੁਰੂਆਤ ਅਕਸਰ ਆਪਾਂ ਵੈਦਰ ਤੋਂ ਹੀ ਕਰਦੇ ਹੁੰਦੇ ਹਾਂ ਕਿ ਮੌਸਮ ਦੀ ਜਾਣਕਾਰੀ ਦਰਸ਼ਕਾਂ ਨੂੰ ਦੇਣੀ ਬੇਹੱਦ ਜ਼ਰੂਰੀ ਹੈ, ਤਾਂ ਕਿਸ ਹਿਸਾਬ ਦਾ ਚੱਲ ਰਿਹਾ ਆਸਟ੍ਰੇਲੀਆ ਦਾ ਵੈਦਰ? ਹਾਂਜੀ, ਵਾਤਾਵਰਨ ਜਿੱਦਾਂ ਦਾ ਹੈ ਹੀ ਆ ਸਾਰੇ ਪਾਸੇ ਉਹੀ ਹੋ ਰਿਹਾ, ਪਰ ਜਿੱਦਾਂ ਅਸੀਂ ਹੁਣ ਗਰਮੀ ਵੱਲ ਨੂੰ ਵੱਧ ਰਹੇ ਸੀਗੇ ਅਤੇ ਗਰਮੀ ਦੇ ਨਾਲ ਨਾਲ ਹੀ ਪਹਿਲਾਂ ਬੁਸ਼ ਫਾਇਰ ਸ਼ੁਰੂ ਹੋ ਗਈ ਮੈਲਬਨ ਦੇ ਦੂਰ ਥੋੜ੍ਹੇ ਜਿਹੇ ਏਰੀਏ 'ਤੇ ਗਿਪਸਲੈਂਡ, ਉੱਥੇ ਕਾਫੀ ਦੇਰ ਦੇਖਣ ਵਾਲੇ ਸਾਡਿਆਂ ਨੂੰ ਪਤਾ ਵੀ ਆ ਇੱਕਦਮ ਦੇਖੋ ਕੁਦਰਤ ਦਾ ਵਾਤਾਵਰਨ ਕਿੱਦਾਂ ਮਨੁੱਖਤਾ ਨੇ ਖਿਲਵਾੜ ਕੀਤਾ ਹੋਇਆ ਉਹਦੇ ਹਿਸਾਬ ਨਾਲ ਚੱਲ ਰਿਹਾ। ਪਹਿਲਾਂ ਤਾਂ ਬੁਸ਼ ਫਾਇਰ ਲੱਗੀ ਰਹੀ 4-5 ਦਿਨ ਆਊਟ ਆਫ ਕੰਟਰੋਲ ਸੀ,
जी और कुदरत का यही पाना उस एरिया दे विच इन्ना मीह पिया फिर फ्लड आ गया। सो 100 तो उपर घर उत्थे उन्होंने वार्निंग दे के खाली पे घर कर दिते गए। विक्टोरिया मेलबर्न तो दूर है थोड़े जे गिप्सलैंड एरिया ते ओ घर हुण रहण योग भी नहीं रह दिता गया। सो एक वीक दे विच विच ही दो तरह दे एक दम बहुत ही डरावने जिहड़े ओ कम होए आ। पहला एकदम अग ते फिर फ्लड ਇਕੱਠੇ ਏਦਾਂ ਦਾ ਮੌਸਮ ਆ। ਪਰ ਜਿੱਦਾਂ ਆਪਾਂ ਸਿਰਣੀ ਦਾ ਵੈਦਰ ਆ ਉਹ 8-10 ਰਾਤ ਦਾ ਹੁੰਦਾ ਤੇ ਦਿਨ ਦਾ ਮੈਕਸਿਮਮ 24-25-26 ਇਸ ਕੋਲ ਜੀ ਜੀ ਬਿਲਕੁਲ। ਤਾਂ ਇਸ ਦੇ ਨਾਲ ਹੀ ਜੇ ਅਸੀਂ ਅਗਲੀ ਖਬਰ ਵੱਲ ਵਧੀਏ ਤਾਂ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੁੰਦੀ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚ ਗੁਰੂ ਘਰ ਉਸਾਰੇ ਹੋਏ ਨੇ, ਗੁਰੂ ਘਰਾਂ ਦੀਆਂ ਕਮੇਟੀਆਂ ਵੱਲੋਂ ਕੀ ਕੰਮ ਕੀਤੇ ਜਾ ਰਹੇ ਨੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਲੈ ਕੇ, ਕਿਹੜੇ ਕਿਹੜੇ ਉਹਨਾਂ ਤੋਂ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਸਾਡੀ ਸਿੱਖ ਸੰਗਤ ਹੈ ਜਿਹੜੀ ਉਹ ਕਿਸ ਤਰੀਕੇ ਦਾ ਉਹਨਾਂ ਨਾਲ ਸਹਿਯੋਗ ਕਰ ਰਹੀ ਹੈ। ਸੋ ਉਹ ਖਬਰ ਸਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ। ਸੋ ਦਰਸ਼ਕਾਂ ਨੂੰ ਦੱਸ ਦਈਏ ਕਿ ਮੈਲਬਰਨ ਦੇ ਗੁਰੂ ਘਰ ਵਿਖੇ ਬੱਚਿਆਂ ਵੱਲੋਂ ਪਲਾਂਟਸ ਲਾਏ ਗਏ ਅਤੇ ਹੋਰ ਵੀ ਇੱਕ ਅਹਿਮ ਗੱਲ ਉੱਥੇ ਇਹ ਵੇਖਣ ਨੂੰ ਮਿਲੀ ਕਿ ਉੱਥੇ ਜੂਠ ਨੂੰ ਲੈ ਕੇ ਵੀ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ, ਜਿਸ ਬਾਰੇ ਕਰਨੈਲ ਸਿੰਘ ਜੀ ਵਿਸ਼ੇਸ਼ ਜਾਣਕਾਰੀ ਸਾਂਝੀ ਕਰਨਗੇ। ਕਰਨੈਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਜਿੱਦਾਂ ਜਿੱਦਾਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਫਲਸਫਾ ਦਿੱਤਾ ਆ ਉਹਨਾਂ ਦੇ ਉੱਤੇ ਪੂਰੇ ਉਤਰਨਾ ਤਾਂ ਸਾਡੇ ਲਈ ਬਹੁਤ ਮੁਸ਼ਕਲ ਹੁੰਦੀ, ਪਰ ਫਿਰ ਵੀ ਸਾਡੇ ਲਈ ਇਹ ਬਹੁਤ ਮਾਣ ਦੀ ਗੱਲ ਆ ਵੀ ਵਿਕਟੋਰੀਆ ਦੇ ਮੈਲਬਰਨ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਅਫੀਸਰ ਉਹ ਇਲਾਕੇ ਦੇ ਨਾਂ ਆ, ਉੱਥੇ ਗੁਰਦੁਆਰਾ ਉਹ ਬਣਿਆ ਹੋਇਆ ਨਵਾਂ, ਉਹਦੀ ਮੈਨੇਜਮੈਂਟ ਵੀ ਬਹੁਤ ਹੀ ਨੇਕ ਬੰਦਿਆਂ ਦੇ ਹੱਥਾਂ ਦੇ ਵਿੱਚ ਆ ਅਤੇ ਚੰਗੀ ਸੋਚ ਵਾਲੇ ਡਾਕਟਰ ਹਰਪ੍ਰੀਤ ਸਿੰਘ ਹੁਣੀ ਪ੍ਰੇਮੀ ਨੇ ਕੁਦਰਤ ਦੇ ਐਗਰੀਕਲਚਰ ਦੇ ਵੀ ਸਾਰਾ ਉਹ ਉਹਨਾਂ ਨੇ ਐਤਕੀ ਇਹ ਕੀਤਾ, ਪਹਿਲਾਂ ਵੀ ਅੱਗੇ ਕਰਦੇ ਆ ਵੀ ਬੱਚਿਆਂ ਦੇ ਜਿਹੜਾ ਸਕੂਲ ਦੇ ਛੁੱਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਜਿਹੜਾ ਕੈਂਪ ਲਾਇਆ ਗਿਆ ਬੀਤੇ ਦਿਨੀ ਉਹਦੇ ਵਿੱਚ ਨਵਦੀਪ ਇੱਕ ਤਾਂ ਉਹਨਾਂ ਨੇ ਦੱਸਿਆ ਵੀ ਫੂਡ ਵੇਸਟ ਦੀ ਰਿਡਕਸ਼ਨ ਕਿੱਦਾਂ ਕਰਨੀ, ਜਿਹੜਾ ਆਪਣੀ ਬੱਚਿਆਂ ਦਾ ਫੂਡ ਖਾਸ ਕਰਕੇ ਦੇਖਿਆ ਜਾਵੇ ਹਰੇਕ ਗੁਰੂ ਘਰਾਂ 'ਚ ਬਾਹਰ ਵਾਲਿਆਂ 'ਚ ਬਹੁਤ ਹੀ ਜ਼ਿਆਦਾ ਲੋੜ ਤੋਂ ਵੱਧ ਫੂਡ ਇੰਨਾ ਐਕਸੈਸ ਵੇਸਟ ਹੁੰਦਾ ਆ ਵੀ ਦੇਖਿਆ ਜਾਵੇ ਤਾਂ ਡਬਲ ਡਬਲ ਟ੍ਰਿਪਲ ਟ੍ਰਿਪਲ ਸਾਂਭਣ ਜੋਗਾ ਨਹੀਂ ਰਹਿ ਜਾਂਦਾ। ਅਤੇ ਉਹਨਾਂ ਨੇ ਉਹਦੇ ਬਾਰੇ ਉੱਥੇ ਦੀ ਸੰਸਥਾ ਲੈ ਕੇ ਨਾਲ ਸਸਟੇਨੇਬਿਲਟੀ ਮੈਲਬੰਦੀ ਦੇ ਸਹਿਯੋਗ ਨਾਲ ਅਤੇ ਵਾਟਰ ਵਾਲਿਆਂ ਨਾਲ ਵੀ ਸਾਰਿਆਂ ਨਾਲ ਉਹਨਾਂ ਨੂੰ ਬੁਲਾ ਕੇ ਉਹ ਕੈਂਪ ਲਾਇਆ ਅਤੇ ਬੱਚਿਆਂ ਨੂੰ ਅਤੇ ਉਹਨਾਂ ਦੇ ਪੇਰੈਂਟਸ ਨੂੰ ਅਤੇ ਪਲੱਸ ਗਾਰਡੀਅਨ ਨੂੰ ਸੰਗਤਾਂ ਨੂੰ ਇਹ ਸਿੱਖਿਆ ਦਿੱਤੀ ਗਈ ਵੀ ਇਹ ਫੂਡ ਨੂੰ ਵੇਸਟ ਜਿਹੜੀ ਹੁੰਦੀ ਆ ਜੂਠ ਨੂੰ ਕਿੱਦਾਂ ਵਰਤੋਂ 'ਚ ਲਿਆਉਣਾ ਬਾਅਦ ਵਿੱਚ, ਇੱਕ ਤਾਂ ਉਹ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ, ਦੂਸਰਾ ਨਾਲ ਨਾਲ ਉਹਨਾਂ ਨੇ ਗ੍ਰੀਨਰੀ ਵਾਸਤੇ 400 ਟ੍ਰੀ ਬੂਟਾ ਲਾਇਆ। ਬੱਚੇ ਬੂਟੇ ਲਾਉਂਦੇ ਤੁਸੀਂ ਦੇਖ ਸਕਦੇ ਆ, ਬੱਚਿਆਂ ਨੇ ਆਪ ਸ਼ੌਂਕ ਰੱਖਿਆ ਬੂਟਿਆਂ ਨੂੰ ਲਾਇਆ ਅਤੇ ਉਹਨਾਂ ਨੂੰ ਬੱਚੇ ਦੇਖਣ ਵੀ ਆਉਣਗੇ ਹਰ ਹਫ਼ਤੇ ਵੀ ਸਾਡੇ ਜਿਹੜੇ ਟ੍ਰੀ ਲਾਏ ਹੋਏ ਆ ਸਾਡੇ ਪੌਦੇ ਲਾਏ ਹੋਏ ਆ ਕਿੰਨੇ ਕੁ ਵੱਡੇ ਹੋ ਗਏ, ਅਸੀਂ ਉਹਨਾਂ ਨੂੰ ਪਾਣੀ ਵੀ ਦੇਣ ਜਾਣਾ। ਸੋ ਇਹ ਜਿਹੜੀ ਇੱਕ ਟ੍ਰੇਨਿੰਗ ਆ ਵਾਤਾਵਰਨ ਨੂੰ ਸੰਭਾਲਣ ਦੀ, ਕੁਦਰਤ ਨਾਲ ਪਿਆਰ ਦੀ, ਇਹ ਜਿਹੜਾ ਉਹਨਾਂ ਨੇ ਸਿੱਖਿਆ ਜਾਂ ਸਿਖਲਾਈ ਦਿੱਤੀ ਆ, ਅਸੀਂ ਧੰਨਵਾਦੀ ਹਾਂ ਗੁਰਦੁਆਰੇ ਦੇ ਅਤੇ ਚਾਹੁੰਦੇ ਹਾਂ ਵੀ ਬਾਕੀ ਗੁਰੂ ਘਰ ਵੀ ਇੱਦਾਂ ਦੇ ਕੈਂਪਿੰਗ ਲਾਇਆ ਕਰਨ। ਜੀ ਬਿਲਕੁਲ। ਅਤੇ ਸਮੇਂ ਸਮੇਂ 'ਤੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਪੰਜਾਬੀਆਂ ਵੱਲੋਂ ਵੱਖੋ ਵੱਖਰੇ ਕੈਂਪ ਲਾਏ ਜਾਂਦੇ ਨੇ, ਖਾਸ ਕਰਕੇ ਜੇ ਮੈਂ ਗੱਲ ਕਰਾਂ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਲਈ ਉਹਨਾਂ ਵੱਲੋਂ ਟੂਰਨਾਮੈਂਟ ਕਰਵਾਏ ਜਾਂਦੇ ਨੇ, ਉਹ ਭਾਵੇਂ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਸਹਿਯੋਗ ਨਾਲ ਹੋਣ, ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਣ ਜਾਂ ਸਭਾਵਾਂ ਦੇ ਸਹਿਯੋਗ ਨਾਲ ਹੋਣ, ਤਾਂ ਪੰਜਾਬੀ ਰਲ ਮਿਲ ਕੇ ਬਹੁਤ ਵੱਡੇ ਉਪਰਾਲੇ ਨੇ ਜਿਹੜੇ ਉਹ ਕਰ ਰਹੇ ਨੇ। ਸੋ ਇਸ ਵਾਰ ਤੁਸੀਂ ਖੇਡਾਂ ਦੇ ਨਾਲ ਰਿਲੇਟਡ ਕਿਹੜੀ ਖਬਰ ਲੈ ਕੇ ਆਇਓ? ਸਪੋਰਟਸ ਕੰਟਰੀ ਆ ਜੀ, ਦੇਖੋ ਮੈਲਬਰਨ ਹਾਕੀ ਕੱਪ ਹੁੰਦਾ ਇੰਟਰਨੈਸ਼ਨਲ ਮੈਲਬਰਨ ਹਾਕੀ ਕੱਪ ਹਰ ਸਾਲ ਜੋ ਐਤਕੀ ਵੀ ਹੋਇਆ ਲਾਸਟ ਵੀਕਐਂਡ ਦੇ, ਉਹਨਾਂ ਦੇ ਵੱਲੋਂ ਜਿਹੜੀ ਸਾਡੇ ਕੋਲ ਜਾਣਕਾਰੀ ਆਈ ਆ ਉਹ ਪ੍ਰੈਸ ਰਿਲੀਜ਼ ਜਿਹੜੀ ਆਈ ਆ ਉਸ ਅਨੁਸਾਰ ਐਤਕੀ ਨਿਊ ਸਾਊਥ ਵੇਲਸ ਲਾਇਨਸ ਵਨ ਦੀ ਟਾਈਟਲ, ਨਿਊ ਸਾਊਥ ਵੇਲ ਦੀ ਹਾਕੀ ਦੇ ਜਿਹੜੇ ਸਾਡੇ ਸਿਡਨੀ ਦੇ ਆ ਉਹਨਾਂ ਨੇ ਉਹ ਜਿਹੜਾ ਚੈਂਪੀਅਨਸ਼ਿਪ ਜਿੱਤੀ ਆ ਉਹਨਾਂ ਨੂੰ ਵਧਾਈਆਂ। ਦੂਜੇ ਨੰਬਰ 'ਤੇ ਐਡਲਿਟ 6-1 ਟੀਅਰ ਜੇਅਰ 2 ਟਾਈਟਲ ਦੂਜੇ ਨੰਬਰ 'ਤੇ ਉਹ ਆਏ ਅਤੇ ਇੱਦਾਂ ਹੀ ਬੱਚਿਆਂ ਦੀਆਂ ਅਤੇ ਲੇਡੀਜ਼ ਦੀਆਂ ਟੀਮਾਂ ਵੀ ਐਡਲਿਟ ਦੀਆਂ ਉਹਨਾਂ ਨੇ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਲਿਆ ਅਤੇ ਹਾਰਨ ਵਾਲਿਆਂ ਨੂੰ ਵੀ ਧੰਨਵਾਦ ਉਹਨਾਂ ਦਾ ਵੀ ਹਿੱਸਾ ਲਿਆ। ਇੱਕ ਵਾਰੀ ਇੱਦਾਂ ਹੁੰਦੀ ਆ ਜਿੱਤੇ ਅਤੇ ਹਾਰੇ ਬਰਾਬਰ ਹੀ ਹੁੰਦਾ, ਪਰ ਇਹ ਬਹੁਤ ਚੰਗੀ ਗੱਲ ਆ ਵੀ ਸਾਰੀਆਂ ਗੱਲਾਂ ਤੋਂ ਉੱਪਰ ਉੱਠਦੇ ਹਾਂ, ਜਾਤਾਂ ਪੱਤ ਤੋਂ ਉੱਠਦੇ ਹਾਂ, ਇਹ ਗੇਮਾਂ ਦਾ ਮਾਹੌਲ ਜੋ ਬਣਦਾ ਆ ਬਹੁਤ ਹੀ ਚੰਗਾ ਗੱਲ ਆ, ਇਹ ਪ੍ਰੋਸੈਸ ਇੱਦਾਂ ਚੱਲਦੇ ਰਹਿਣੇ ਚਾਹੀਦੇ ਆ। ਜੀ ਜੀ ਬਿਲਕੁਲ। ਅਤੇ ਇਸ ਦੇ ਨਾਲ ਹੀ ਜੇ ਅਸੀਂ ਅਗਲੀ ਖਬਰ ਵੱਲ ਵਧੀਏ ਤਾਂ ਇੰਡੀਅਨ ਐਮਬੈਸੀ ਦੇ ਬਾਹਰ ਸਿੱਖ ਕਮਿਊਨਿਟੀ ਵੱਲੋਂ ਜ਼ੋਰਦਾਰ ਪ੍ਰੋਟੈਸਟ ਕੀਤਾ ਗਿਆ, ਇਸ ਦੇ ਕੀ ਕਾਰਨ ਰਹੇ? ਦੇਖੋ ਇਹ ਹੁਣ ਦੁਨੀਆ 'ਤੇ ਡਾਇਸਪੋਰਾ ਸਿੱਖਾਂ ਦਾ ਜੋ ਵੀ ਨਿਊਜ਼ ਚੱਲ ਰਹੀ ਆ,
ਆਪਾਂ ਕਿਤੇ ਵੀ ਦੇਖਦੇ ਹਾਂ ਰੱਬ ਦੀ ਵਜ੍ਹਾ ਸਾਡੇ ਆਪਣੇ ਜਿੰਨੇ ਵੀ ਪੰਜਾਬੀ ਆ ਜਾਂ ਉਹ ਦੇਖੇ ਜਾਂਦੇ ਵੀ ਜਿਹੜਾ ਮਾਹੌਲ ਮਿਸਟਰ ਟਰੂਡੋ ਤੋਂ ਲੈ ਕੇ ਕੈਨੇਡੀਅਨ ਪੀਐਮ ਪਲੱਸ ਜਿਹੜੇ ਨਾਲ ਉਹਦੇ 5 ਕੰਟਰੀਜ਼ ਹੋਰ ਆ ਜਾਂਦੇ ਆ। ਅਸੀਂ ਇੱਥੇ ਤੁਹਾਨੂੰ ਇੱਕ ਦੱਸਣ ਜਾ ਰਹੇ ਹਾਂ ਬਹੁਤ ਵਧੀਆ ਗੱਲ ਵੀ ਅਮਰੀਕਾ ਦੇ ਵਿੱਚ ਅਮਰੀਕਾ ਨੂੰ ਦੁਨੀਆ ਦਾ ਇਹਨਾਂ ਪੰਜਾਂ ਦੇ ਵਿੱਚ ਅਮਰੀਕਾ ਨੂੰ ਦੁਨੀਆ ਦਾ ਸਰਪੰਚ ਕਹਿੰਦੇ ਆ ਜਾਂ ਲੰਬਰਦਾਰ। ਸੋ ਜਾਂ ਉਹਦੇ ਨਾਲ ਹੀ ਕੈਨੇਡਾ ਉਹਨਾਂ ਦਾ ਹੋ ਜਾਂਦਾ ਭਰਾ ਤੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਨੂੰ ਉਹਦੀਆਂ ਭੈਣਾਂ ਜਾਂ ਇੱਦਾਂ ਸਮਝਦੇ ਇੱਕ ਪਰਿਵਾਰ ਇਹ ਸਾਰੇ ਦੇਸ਼ ਤੇ ਵਿੱਚੇ ਇੰਗਲੈਂਡ ਆ ਜਾਂਦਾ ਨਾਲ। ਇਹਨਾਂ ਦੇਸ਼ਾਂ ਨੇ ਸਾਰਿਆਂ ਨੇ ਦੁਨੀਆ ਦੇ ਉੱਤੇ ਇੱਕ ਇਦਾਂ ਦੀ ਸੰਸਥਾ ਬਣਾ ਰੱਖੀ ਹੋਈ ਸੀ ਜਿਹੜੀ ਆਪਣੇ ਤੌਰ ਤੇ ਗਤੀਵਿਧੀਆਂ ਗੁਪਤ ਰੱਖਦੀ ਆ ਕਾਫੀ ਸਾਲਾਂ ਤੋਂ, ਤੇ ਉਹਦੇ ਅਨੁਸਾਰ ਜੋ ਵੀ ਕਿਸੇ ਵੀ ਨਾਗਰਿਕ ਦੇ ਨਾਲ ਧੱਕਾ ਹੁੰਦਾ। ਹੁਣ ਇੱਥੇ ਆਪਾਂ ਇਹ ਵੀ ਦੱਸ ਦਈਏ ਬਹੁਤ ਹੀ ਨਿਰਪੱਖ ਹੋ ਕੇ, ਜੇ ਇੱਕ ਸਿੱਖ ਦੇ ਉੱਤੇ ਹਮਲਾ ਆਉਂਦਾ ਚਾਹੇ ਗੁਰਦੁਆਰਿਆਂ ਦਾ ਹਰਮਨ ਪਿਆਰਾ ਹੋਵੇ, ਜੇ ਕਿਤੇ ਮੰਦਿਰ ਦਾ ਵੀ ਕੋਈ ਹਰਮਨ ਪਿਆਰਾ ਕੋਈ ਇਦਾਂ ਦਾ ਨਾਗਰਿਕ ਤੇ ਅਟੈਕ ਹੋਵੇ ਤਾਂ ਵੀ ਇਹਨਾਂ ਗਵਰਨਮੈਂਟਾਂ ਨੇ ਓਨੀ ਹੀ ਸਿਕਿਉਰਿਟੀ ਕਰਨੀ ਸੀ, ਓਨੀ ਹੀ ਆਵਾਜ਼ ਉਠਾਉਣੀ ਸੀ। ਸੋ ਇੱਥੇ ਇੰਡੀਆ ਗਵਰਨਮੈਂਟ ਨੂੰ ਜਾਂ ਹੋਰ ਕਿਸੇ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਆ ਜਿੰਨੀ ਵੀ ਉਹਦੀ ਇਨਵੈਸਟੀਗੇਸ਼ਨ ਹੋ ਸਕੇ ਵੀ ਇਹ ਕੌਣ ਕਰਦਾ ਜਾਂ ਕੌਣ ਕਰਵਾਉਂਦਾ। ਕਿਸੇ ਵੀ ਨਾਗਰਿਕ ਦੇ ਉੱਤੇ ਕੋਈ ਵੀ ਜਦੋਂ ਹਮਲਾ ਹੁੰਦਾ ਕਿਸੇ ਦੀ ਧਰਤੀ ਦੇ ਉੱਤੇ ਜਾ ਕੇ, ਸੋ ਉਹਦੇ ਨੂੰ ਮੱਦੇਨਜ਼ਰ ਰੱਖਦਿਆਂ ਵੀ ਇਹ ਸਿੱਖਾਂ ਦਾ ਵੀ ਫਰਜ਼ ਬਣਦਾ ਸੀ ਵੀ ਘੱਟ ਗਿਣਤੀ ਆ ਜੋ ਕੁਛ ਉਹਨਾਂ ਨਾਲ ਪੰਜਾਬ ਦੇ ਵਿੱਚ 84 ਤੋਂ ਲੈ ਕੇ ਹੋਇਆ ਜਾਂ ਮੀਡੀਆ ਨੇ ਝੂਠਾ ਪ੍ਰਚਾਰ ਕਰਕੇ ਕਿਸੇ ਨੂੰ ਅੱਤਵਾਦੀ ਕਹਿਣਾ, ਕਿਸੇ ਨੂੰ ਵੱਖਵਾਦੀ ਕਹਿਣਾ, ਕਿਸੇ ਨੂੰ ਕਾਮਰੇਡ ਕਹਿਣਾ, ਕਿਸੇ ਨੂੰ ਕਹਿਣਾ ਫਲਾਣੇ ਦਾ ਹੱਥ ਆ, ਪਾਕਿਸਤਾਨ ਦਾ ਹੱਥ ਆ, ਇਦਾਂ ਦੇ ਇਹ ਵੀ ਨਹੀਂ ਦੇਖਣਾ ਗਵਰਨਮੈਂਟਾਂ ਨੇ ਵੀ ਸਾਡੇ ਕੀ ਫਰਜ਼ ਬਣਦੇ ਆ, ਅਸੀਂ ਹੋਰ ਪਾਸਿਓਂ ਵੋਟਾਂ ਲੈਣ ਲਈ ਮਿਨੋਰਟੀਜ਼ ਨਾਲ ਕੀ ਰੁੱਖ ਬਣਾਉਂਦੇ ਆ। ਹਿਊਮਨ ਰਾਈਟਸ ਦੀਆਂ ਧੱਜੀਆਂ ਉਡਾਈਆਂ ਗਈਆਂ। ਸੋ ਇਹ ਦੇਸ਼ ਜਿਹੜੇ ਆ ਅਸਲੀ ਲੋਕਤੰਤਰ ਨੂੰ ਵੇਖਦਿਆਂ ਇਹਨਾਂ ਨੇ ਉਹ ਮਨੁੱਖਤਾ ਦੀ ਰਾਖੀ ਕਰਦਿਆਂ ਹਿਊਮਨ ਰਾਈਟਸ ਨੂੰ ਮੁੱਖ ਰੱਖਦਿਆਂ ਉਹਦੀ ਜਾਂਚ ਦੇ ਲਈ ਬੇਨਤੀ ਕੀਤੀ, ਪਰ ਉਹਦਾ ਹੀ ਇੰਨਾ ਹਊਆ ਹੁਣ ਬਣ ਚੁੱਕਾ ਆ ਵੀ ਦੋਨਾਂ ਦੇਸ਼ਾਂ ਦੇ ਵਿੱਚ ਖਾਸ ਕਰਕੇ ਨਵਦੀਪ ਦੇਖਿਆ ਜਾਵੇ ਤਾਂ ਪੰਜਾਬ ਨੂੰ ਆਰਥਿਕ ਤੌਰ ਤੇ ਵੀ ਇੰਨਾ ਨੁਕਸਾਨ ਹੋਣ ਜਾ ਰਿਹਾ। ਜਿਹੜੇ ਕੈਨੇਡਾ ਤੋਂ ਵੀਜ਼ੇ ਬੰਦ ਕਰ ਦਿੱਤੇ ਆ ਪੰਜਾਬੀਆਂ ਦੇ, ਇਹ ਇੱਕ ਬਹੁਤ ਹੀ ਵੱਡਾ ਟੌਪਿਕ ਹੈ ਜਿਹੜਾ ਦੇਖਿਆ ਜਾਵੇ ਤਾਂ ਹਰ ਪੱਖੋਂ, ਸਮਾਜਿਕ ਪੱਖੋਂ, ਵੱਖਵਾਦੀ ਫਿਰਕੂ ਤਾਕਤਾਂ ਨੂੰ ਇਹ ਹੋਰ ਸ਼ੈਅ ਮਿਲਦੀ ਆ ਵੀ ਜਿਹੜਾ ਧੱਕਾ ਹੋ ਰਿਹਾ ਇੱਕ ਕਮਿਊਨਿਟੀ ਦੇ ਨਾਲ ਵੀ ਜਿੰਨੇ ਪੈਲਸ ਆ ਜਾਂ ਵਿਆਹ ਹੋਣੇ ਸੀ, ਸ਼ਾਦੀਆਂ ਹੋਣੇ ਸੀ, ਕਿਸੇ ਨੇ ਕੋਈ ਆਪਣੇ ਜ਼ਮੀਨ ਦੇ ਸੰਬੰਧ ਨਾਲ ਜਾਣਾ ਸੀ ਉਹ ਸਟੱਕ ਹੋਏ ਪਏ ਆ ਦੇਖਿਆ ਜਾਵੇ ਤਾਂ। ਖਾਸ ਤੌਰ ਤੇ ਖਾਸ ਕਰਕੇ ਸਾਡੇ ਦੁਆਬੇ ਦੇ ਵਿੱਚ ਇਹ ਆਮ ਗੱਲ ਹੁੰਦੀ ਆ, ਜੇ ਤੁਸੀਂ ਫਗਵਾੜੇ ਦੇ ਬਾਂਸ ਵਾਲੇ ਬਾਜ਼ਾਰ ਦੇ ਵਿੱਚ ਚੱਕਰ ਮਾਰ ਕੇ ਦੇਖੋ ਤਾਂ ਉੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਇੰਟਰਨੈਸ਼ਨਲ ਲੈਵਲ ਦਾ ਵੀ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਅਕਤੂਬਰ ਤੋਂ ਲੈ ਕੇ ਫਰਵਰੀ ਤੱਕ ਉਹਨਾਂ ਦਾ ਸੀਜ਼ਨ ਹੁੰਦਾ ਸਾਰਿਆਂ ਦਾ, ਇੰਨਾ ਜ਼ਿਆਦਾ ਉਹਨਾਂ ਨੂੰ ਪੈਸਾ ਆਉਂਦਾ ਬਾਹਰ ਵਾਲਿਆਂ ਤੋਂ। ਜਦੋਂ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਦੁਕਾਨਦਾਰਾਂ ਨੂੰ ਜਾਂ ਕਿਸੇ ਨੂੰ ਵੀ, ਅਸੀਂ ਉਹਨਾਂ ਨੂੰ ਉੱਥੇ ਪੜ੍ਹਦੇ ਵੀ ਨੇ, ਉਹ ਕਹਿੰਦੇ ਵੀ ਹੁਣ ਥੋੜ੍ਹੀ ਜਿਹੀ ਮਾਰਕੀਟ ਚੱਲਣੀ ਆ, ਬਾਕੀ ਸਾਲ ਤਾਂ ਅਸੀਂ ਉਹਨਾਂ ਨਾਲ ਦੇਖਦੇ ਰਹੀਦਾ। ਤੇ ਉਹ ਮਾਰਕੀਟ ਇੱਦਾਂ ਚੱਲਦੀ ਵੀ ਜਦੋਂ ਬਾਹਰ ਵਾਲੇ ਆਉਂਦੇ ਉਹ ਕਾਫੀ ਸਾਰੀ ਖਰੀਦ ਉਪਰੋਕਤ ਕਰਦੇ ਆ, ਪੈਸਾ ਖਰਚਦੇ ਆ, ਆਪਣੇ ਸਾਖ ਸੰਬੰਧੀਆਂ ਦੀ ਹੈਲਪ ਕਰਦੇ ਆ, ਕੋਈ ਆਪਣੇ ਭਾਣਜੇ ਨੂੰ ਗੱਡੀ ਲੈਣ ਦਾ, ਕਿਸੇ ਨੂੰ ਮੋਟਰਸਾਈਕਲ ਲੈ ਕੇ ਦੇਣ ਦਾ, ਬਹੁਤ ਬਹੁਤ ਤਰ੍ਹਾਂ ਦੀਆਂ ਕੋਠੀਆਂ ਬਣਾਉਂਦੇ ਆ। ਉਹ ਸਾਰੇ ਦਾ ਨੁਕਸਾਨ ਪੰਜਾਬ ਨੂੰ ਝੱਲਣਾ ਪੈਣਾ ਦੇਖਿਆ ਜਾਵੇ ਤਾਂ। ਖਾਸ ਕਰਕੇ NRI ਜਿੰਨਾ ਪੈਸਾ ਉੱਥੇ ਨੂੰ ਭੇਜਦੇ ਆ ਉਹ ਵੀ ਸਟੱਕ ਹੋ ਗਿਆ, ਏਅਰਲਾਈਨ ਹੋਰ ਸਾਰਿਆਂ ਨੂੰ। ਸੋ ਇਹਦੇ ਬਾਰੇ ਗਵਰਨਮੈਂਟਾਂ ਨੂੰ ਬੈਠ ਕੇ ਵਿਚਾਰ ਕਰਕੇ ਆਪਸ ਵਿੱਚ ਹੀ ਤਾਲਮੇਲ ਬਣਾ ਕੇ, ਜੇ ਇੱਕ ਸਬਜੈਕਟ ਅਲੱਗ ਗਿਆ ਸਿਕਿਉਰਿਟੀ ਦਾ ਉਹਦੇ ਉੱਤੇ ਤਾਲਮੇਲ ਬਣਾ ਕੇ ਉਹਦੀ ਜਾਣ ਜਿੰਨੀ ਵੀ ਪਛਾਣ ਕਰਕੇ ਉਹਦੀ ਪੜਚੋਲ ਕਰਕੇ ਦੇਖਣਾ ਚਾਹੀਦਾ ਵੀ ਇੱਦਾਂ ਕਿਉਂ ਮਾਰ ਮਰਾਈ ਹੁੰਦੇ ਬਾਹਰ ਜਾ ਕੇ, ਕਿਉਂ ਨਹੀਂ ਸੇਫ ਹੈਗੀ ਗੁਰ ਕੌਮ। ਇਸ ਬਾਰੇ ਉਹਦੇ ਸੰਦਰਭ ਦੇ ਵਿੱਚ ਫਿਰ ਸਿੱਖਾਂ ਨੇ ਪ੍ਰੋਟੈਸਟ ਕੀਤੇ, ਬਣਦੇ ਵੀ ਆ, ਇਹ ਇੱਕ ਲੋਕਤੰਤਰ ਆ, ਸ਼ਾਂਤਮਈ ਦੇਸ਼ ਹੈਗੇ ਆ, ਹਰੇਕ ਨੂੰ ਹੱਕ ਬਣਦਾ ਹੈ, ਪਰ ਜੇ ਕੋਈ ਲੋ ਤੋਂ ਬਾਹਰ ਜਾਂਦਾ ਆ ਚਾਹੇ ਉਹ ਕੋਈ ਵੀ ਹੋਵੇ ਉਹਨਾਂ ਦੇਸ਼ਾਂ ਨੇ ਉਹਨੂੰ ਨਹੀਂ ਬਖਸ਼ਣਾ, ਕਾਨੂੰਨ ਅਨੁਸਾਰ ਬਣਦੀ ਸਜ਼ਾ ਉਹਨੂੰ ਦੇਣੀ ਆ, ਜਾਂ ਉੱਥੇ ਦੇ ਜੇ ਉਹ ਨਹੀਂ ਉਹ ਸਿਟੀਜਨ ਹੈ ਤਾਂ ਉਹਨੂੰ ਵਾਪਸ ਉੱਥੇ ਭੇਜ ਦਿੱਤਾ ਜਾਂਦਾ ਆ। ਜਿੱਦਾਂ ਕਿ ਪਹਿਲਾਂ ਵੀ ਹੈਰਿਸਬਰਗ 'ਚ ਵੀ ਹੋਇਆ, ਜਿਹੜੇ ਬੰਦੇ ਫਿਰਕਾ ਪ੍ਰਸਤੀ ਕਰਦੇ ਆ, ਜਿਹੜੇ ਬੰਦੇ ਵੱਖਵਾਦੀ ਆਪਸ ਵਿੱਚ ਹੀ ਕਲੈਸ਼ ਕਰਦੇ, ਈਰਖਾ ਦੀ ਭਾਵਨਾ ਵਧਾਉਂਦੇ ਆ, ਕੋਈ ਵੀ ਉਹ ਹੋਣ, ਉਹ ਉਹਨਾਂ ਗਵਰਨਮੈਂਟਾਂ ਇਹ ਗਵਰਨਮੈਂਟਾਂ ਨੂੰ ਨਹੀਂ ਬਖਸ਼ਦੀਆਂ। ਇਹ ਇੱਕ ਫੁੱਲਾਂ ਦੇ ਗੁਲਦਸਤੇ ਵਾਂਗੂ ਮਲਟੀਕਲਚਰਲਿਜ਼ਮ ਆ, ਬਹੁਤ ਭਾਂਤੀ ਦੇਸ਼ਾਂ ਦਾ ਵੱਖ ਵੱਖ ਦੇਸ਼ਾਂ ਨੂੰ ਰਲਾ ਕੇ ਇੱਥੇ ਮਾਈਗ੍ਰੈਂਟ ਕਮਿਊਨਿਟੀਆਂ ਰਹਿੰਦੀਆਂ ਆ, ਕੈਨੇਡਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਚਾਹੇ ਅਮਰੀਕਾ ਆ, ਚਾਹੇ ਕਿਤੇ ਵੀ ਆ, ਇਹਨਾਂ ਦੇਸ਼ਾਂ ਨੇ ਹਰੇਕ ਨੂੰ ਬਰਾਬਰਤਾ ਦੇਣੀ ਹੁੰਦੀ ਆ। ਸੋ ਅਸੀਂ ਜਿਸ ਜਿੱਥੇ ਵੱਖ ਵੱਖ ਸਿੱਖਾਂ ਨੇ ਕੀਤੇ ਆ ਜਾਂ ਜਿਹੜੀਆਂ ਵੀ ਜਿਹਨਾਂ ਨੇ ਕੀਤੇ ਆ ਉਹ ਤੁਸੀਂ ਦੇਖ ਸਕਦੇ ਹੋ, ਉਹਨਾਂ ਦਾ ਹੱਕ ਬਣਦਾ ਸੀਗਾ। ਇਹ ਜਿਹੜਾ ਆਪਸ ਵਿੱਚ ਹੀ ਕਲੈਸ਼ ਵੱਧ ਜਾਂਦਾ ਇਹਦੇ ਇੰਟਰਨੈਸ਼ਨਲ ਲੈਵਲ ਤੇ, ਇੰਡੀਆ ਗਵਰਨਮੈਂਟ ਨੂੰ ਆਪਣੀ ਪੋਲੀਟਿਕਸ ਨੂੰ ਛੱਡਦਿਆਂ ਹੋਇਆਂ ਭਾਈਚਾਰਕ ਸਾਂਝ ਦੁਨੀਆ ਦੇ ਉੱਤੇ, ਜਿੱਦਾਂ ਜਹਾਜ਼ ਦੇ ਵਿੱਚ ਅਸੀਂ ਸਾਰੇ ਪਲੇਨ ਦੇ ਵਿੱਚ ਸਾਰੇ ਇਕੱਠੇ ਬੈਠ ਕੇ ਸਫ਼ਰ ਕਰਦੇ ਹਾਂ, ਇੱਦਾਂ ਸਮਝ ਕੇ ਚੱਲਣਾ ਚਾਹੀਦਾ, ਨਾ ਕਿ ਇੱਕ ਬੰਦੇ ਦੇ ਉੱਤੇ
ਕਿਤੇ ਵੀ ਹੋਵੇ ਤੇ ਉਹਨਾਂ ਨੂੰ ਤੁਸੀਂ ਮਾਰ ਮਰੀਏ ਦੀ ਗੱਲ ਕਰੋ, ਕਾਨੂੰਨੀ ਕਾਰਵਾਈ ਕਰੋ ਜਿਹੜਾ ਕੋਈ ਦੋਸ਼ੀ ਹੈ। ਥੈਂਕਸ जी जी बिल्कुल। तो करैल सिंह जी, तुम जिस हिसाब की गल की, क्योंकि सरकार ने बयानबाजी कर दिया रहिंदिया ने, इन्हों का एक दूजे नाल ताना बाणा भी चलता रहिंदा ते सफर भी चलते रहने ने। कैनेडा की गवर्नमेंट ने इंडिया भी आते रहना, इंडिया वाले ने कैनेडा भी जाते रहना, आस्ट्रेलिया भी जाते रहना, पर जिहड़ा औखा वो आम लोगों को हो गया। जिवें तुसीं जिक्र किया कि दुआबे दे विच दुकानदारां नूं बहुत ज़्यादा नुकसान भुगतना पैना, क्योंकि यही एक सीजन हुंदा जदों उन्हां नूं कमाई हुंदी है। तो उहदे नाल ही मेरे जहन दे विच एक सवाल आ रहा है कि जदों एड्डा वड्डा घाटा दुकानदारों नू पै रहा है, तो जिस हिसाब दियाँ कैनेडा दे विच, आस्ट्रेलिया दे विच, ते भारत सरकार की आपस दे विच बयानबाजियां चल रही ने, तो पंजाब ते भारत तो बहुत सारे स्टूडेंट ने जिहड़े कैनेडा और आस्ट्रेलिया दे विच गए हुए ने, कि उन्हां नू भी नुकसान भुगतना पै सकदा है? देखो थोड़ा नवदीप क्वेश्चन बहुत बढ़िया आया और बहुत मौके का आया। देखो ये इदा की गल तो कोई है नहीं, इन्होंने देशों के बदला लोग भावना है नहीं, जिदा थोड़ी असी पॉलिटिक्स भी देखते हैं पंजाब की, एक दूजे के नाल हो ना एक दूजे के व्यक्तिगत वार करी जाते हैं, हूँ तो बहुत ही बढ़िया होया, जबकि लोगों का ज आम लुकाई का जो भरोसे करके आते हैं कॉन्स्टिट्यूशन इलेक्शन तो पहला वो नहीं हो रहा। आम लुकाई के भले की गल नहीं हो रही, पहले रुजगार दिता जाए, एजुकेशन ज सेहत सहूलत दी जा, पर उत्थे आपसी लड़ाई चलती, ये गल इन देशों से नहीं हैगी। चाहे ऑपोजिशन भी हो, कभी भी ऑपोजिशन जो कोई गलत भी करता तो रातों रात बैलेट पेपर लिया के सवेरे वो लीडर नू अपने नू बदल देंगे, भावे वो अपनी अंदरूनी पार्टी का ही बंदा हो, इदा नहीं करते, पार्टी पक्ष नू नहीं मुख रख चलते। सो जे ये भी देखा जाए भी इन्होंने बदले की भावना कनेडियन ने जां आस्ट्रेलिया ने नहीं उहदे उस हिसाब नाल कीती वी असीं वी हुण उन्हां दे वीजे बंद कर दिए, फिर मनुखी अधिकार नहीं ना हो, फिर लोकतंत्र तो हो ही नहीं, फिर इन्होंने नहीं बंद की, इस करके उन्होंने कोई फर्क नहीं है। कई अफवाह उड़ रही है, बिल्कुल है नहीं, ना इन्हों कोई फीस बधाई आ, ना कोई इदा का बर्ताव होना आ। यह गलों असी इस करके आ मीडिया के भी बैठे हाँ कि सारे दस भी रहे हैं, आपसी भाईचारक सांझ बना के रखी जाए, खास करके साढ़े गुरद्वारे ने तो यह लैटर भी कटे न्यू साउथ वेल्द ने जिन्या भी कमेटियां गुरद्वार दैलम दियाँ भी जिहड़ियां जिहड़ी स्थिति इंटरनेशनल हो रही आ, इहदे विच आपस विच ही कोई भड़काट पैदा ना हो जाए कम्यूनिटियां च, आपसी भाईचारक सांझ बना के रखनी आ, चाहे स्टूडेंट दे क्लास दे विच, स्कूल दे विच, किसी भी देश दे बच्चे आदे हुंदे आ, चाइना दे हुंदे आ, इंडोनेशिया दे हुंदे आ, इंग्लैंड दे हुंदे आ, चाहे सारे देशों दे हुंदे आ, वो आपसी प्यार नाल क्लास लाउंदे आ। इसी तरह ही यह दुनिया आ, यह जगत भी इसी तरह आ, खास करके सिखां दा तां अपना उपदेश चौं पारणां नूं सांझा आ दिता होया, इस करके आप देखा जाए तो वह नहीं फर्क पैना ये इन देशों ने यह बदला लू भावना के विजय ये नहीं बंद कर लगे जितों तक सानू अपना साडा एक्सपीरियंस है। जी बिल्कुल। सो पंजाब ते भारत दे विच रहिंदे मापिआं नूं अपील है, ते नाल स्टूडेंट्स जिहड़े बाहरले मुल्कां दे विच रहि रहे ने उहनां नूं भी अपील है कि हफड़ा तफड़ी जो मची हुई है उस दे विच ना आओ, अफवाहां तों बचो, तुसीं सारे सुरक्षित हो, कोई भी चक्कर नहीं है। हुण इसे लई तुहाडे लई आपां इह सवाल पुछिआ कि तुसीं सारे उत्थे सेफ हो, कोई भी प्रॉब्लम नहीं आएगी? जेकर कोई प्रॉब्लम आउंदी है तां सिख कम्यूनिटी बाहरले मुल्कां दे विच बैठी है, गुरु घरां दीआं कमेटियां बैठीआं ने, उहनां तों तुसीं जाके हैल्प लै सकते हो। सो हुण असीं करांगे उस खबर दा जिक्र जिन्हां दा अक्सर हुंदा है साडे दर्शकां नूं इंतजार कि इमीग्रेशन दे नाल रिलेटेड तुसीं कीहड़ी खबर लैके आए हो। हाँ देखो ये भी बहुत वधिया गल चल रही आ कि लास्ट वीक तो प्रेस रिलीज जिहड़ी होई आ इमीग्रेशन की आस्ट्रेलिया की वीजा प्रोसैसिंग टाइम्स बारे आ, जिहड़ा पहलां कहिंदे सी वी टाइम बड़ा लगदा, नवदीप साडे देखण वाले नूं पता वी 1 मिलियन तो उपर एप्लीकेशन प्रोसैसिंग दे विच मैस जिहड़ी पई होई सी, जमा होई पई सी, वह हुण उन्होंने कहा गवर्नमेंट ने कहा भी उन्होंने असी क्लीन करते पे हाँ, मैस नूं असी उहदा सफाया करते पे हाँ, भी जिहड़ा बैकलॉग आ वह घट करके घट तो घट टाइम लगे, उहदे विच फैमिली रीयूनाइट नूं वध तों वध टाइम दिता जाऊगा, जिहड़े भी इत्थे काम करदे आ उहदे विच जिन्ने भी उहदी शॉर्टेज आ, जिद्दां जे हैल्थ दे विच आ जां होस्पिटल दे विच शॉर्टेज आ, जां एजुकेशन डिपार्टमेंट लई आ, जां बिल्डिंग इंडस्ट्री जां एग्रीकल्चर आ, हुण एक उन्होंने इस वीकां तों यह करता 2 वीक तों ਬਈ ਜਿਹੜੀ ਸਕਿੱਲ ਆਪਾਂ ਅੱਗੇ ਕਹਿੰਦੇ ਓਕੂਪੇਸ਼ਨ ਲਿਸਟ ਬਣੀ ਹੁੰਦੀ ਸ਼ਾਰਟੇਜ ਦੀ, ਉਹ ਓਕੂਪੇਸ਼ਨ ਲਿਸਟ ਨੂੰ ਘਟਾ ਕੇ ਉਹਨੂੰ ਪਾਸੇ ਰੱਖ ਕੇ ਉੱਥੇ ਕਰ ਦਿੱਤਾ ਜਿਹਦੇ ਵਿੱਚ ਜ਼ਿਆਦਾ ਵੈਕੈਂਸੀਜ਼ ਖਾਲੀ ਪਈਆਂ, ਜਿਹਦੇ ਬਹੁਤ ਜ਼ਿਆਦਾ ਜੋਬਸ ਦੀ ਇਮੀਡੀਏਟ ਲੋੜ ਆ। ਹੁਣ ਉੱਥੇ ਦੇਖਣ ਵਿੱਚ ਇਹ ਵੀ ਆਉਂਦਾ ਵੀ ਇੱਥੇ ਜਿਹੜੇ ਸਟੂਡੈਂਟ ਪੜ੍ਹ ਚੁੱਕੇ ਆ, ਬੈਠੇ ਆ, ਵੇਟ ਕਰਦੇ ਆ, ਉਹਨਾਂ ਦਾ ਓਕੂਪੇਸ਼ਨ 'ਚ ਆਉਂਦਾ ਨਹੀਂ ਹੁੰਦਾ। ਸੋ ਇਸ ਕਰਕੇ ਉਹ ਬਾਹਰੋਂ ਮੰਗਵਾਉਣ ਲਈ ਉਹਨਾਂ ਨੇ ਪਹਿਲ ਦੇ ਆਧਾਰ 'ਤੇ ਵੀਜ਼ਾ ਪ੍ਰੋਸੈਸਿੰਗ ਟਾਈਮ ਜਿਹੜੀ ਉਹਨਾਂ ਨੇ ਕੀਤੀ ਆ ਉਹ ਬਹੁਤ ਵਧੀਆ, ਟੈਂਪਰੇਰੀ ਸਕਿੱਲ ਵਰਕ ਵੀਜ਼ਾ ਜਿਹੜਾ ਸੀਗਾ ਉਹ 50 ਦਿਨਾਂ ਤੋਂ ਘਟਾ ਕੇ, ਪਹਿਲਾਂ 50 ਦਿਨ ਲੱਗਦੇ ਸੀ ਹੁਣ 11 ਦਿਨ ਕਰਤਾ।
ਸੋ ਬਹੁਤ ਵਧੀਆ ਕੋਈ ਨਿਊਜ਼ ਆ ਇਹ। ਉਹ ਇਸ ਤਰ੍ਹਾਂ ਸਟੂਡੈਂਟ ਵੀਜ਼ਾ ਜਿੱਥੇ ਪਹਿਲਾਂ 40 ਦਿਨ ਲੱਗਦੇ ਹੁੰਦੇ ਸੀ ਆਮ ਤੌਰ ਤੇ ਐਵਰੇਜ ਆ, ਉੱਥੇ ਹੁਣ 10 ਦਿਨ ਲੱਗਣਗੇ। ਇੱਕ ਅੱਧੇ ਐਪਲੀਕੇਸ਼ਨ ਕਿਸੇ ਦੀ ਕੋਈ ਫਰੌਡ ਹੋਵੇ ਜਾਂ ਕੁਛ ਹੋਵੇ, ਉਹ ਜ਼ਿਆਦਾ ਟਾਈਮ ਲੱਗ ਸਕਦਾ। ਇਸੇ ਤਰ੍ਹਾਂ ਇਨੀਸ਼ੀਅਲ ਪਾਰਟਨਰ ਜਿਹੜਾ ਵੀਜ਼ਾ ਪ੍ਰੋਸੈਸ ਆ, ਉਹ ਸੀਗਾ ਹਸਬੈਂਡ ਵਾਈਫ ਦਾ ਜਿਹੜਾ ਵੀਜ਼ਾ ਹੁੰਦਾ, ਜਿਹੜਾ ਵਿਆਹ ਕਰਕੇ ਆਉਂਦੇ ਆ ਜਦੋਂ ਮੁੰਡਾ ਤੇ ਕੁੜੀ, ਉਹਨਾਂ ਦਾ ਜਿਹੜਾ ਸੀਗਾ ਪਹਿਲਾਂ ਉਹਨੂੰ 10 ਮਹੀਨੇ ਤੋਂ ਉੱਪਰ ਦਾ ਟਾਈਮ ਲੱਗਦਾ ਸੀ, ਉਹ ਹੁਣ 5 ਮਹੀਨੇ ਲੱਗੂਗੇ ਸਰ। ਸੋ ਇਹ ਬਹੁਤ ਹੀ ਵਧੀਆ, ਪਹਿਲੀ ਹੈਗੀ 50 ਦਿਨਾਂ ਤੋਂ 11 ਦਿਨ, ਦੂਜੀ ਹੈਗੀ 40 ਦਿਨਾਂ ਤੋਂ 10 ਦਿਨ, ਤੇ ਇੱਦਾਂ ਹੀ 10 ਮਹੀਨੇ ਤੋਂ 5 ਦਿਨ ਉਹਦਾ ਹਾਫ ਟਾਈਮ ਤੋਂ ਵੀ ਘੱਟ ਕਰ ਦਿੱਤਾ। ਤੋ ਇਹਦੇ ਹੋਰ ਵੀ ਅੱਗੋਂ ਲੰਬੀ ਨਿਊਜ਼ ਆ, ਉਹਦੇ ਵਿੱਚ ਇਹ ਵੀ ਉਹਨਾਂ ਨੇ ਕਿਹਾ ਵੀ ਜਿਹੜੇ ਹੈਲਥ ਜਾਂ ਐਜੂਕੇਸ਼ਨ ਦੇ ਵਿਜੇ ਆ, ਜਿਹਨਾਂ ਦੇ ਸ਼ੋਰਟੇਜ ਆ ਨਰਸਿੰਗ ਆ, ਉਹਨਾਂ ਦੇ ਵਿੱਚ ਤਾਂ ਕੁਛ ਹੀ ਦਿਨਾਂ 'ਚ ਵਿਜਾ ਦਿੱਤਾ ਜਾਊਗਾ, ਕੁਛ ਦਿਨਾਂ 'ਚ। ਸੋ ਇੱਦਾਂ ਹੀ ਕੁਛ ਇੱਕ ਦੇਸ਼ ਆ ਜਿਹਨਾਂ ਦੇ ਵਿੱਚ ਕਿ ਬਹੁਤ ਸ਼ੋਰਟੇਜ ਆ, ਸੀਜ਼ਨਲ ਵੀਜ਼ੇ ਹੁੰਦੇ ਆ, ਜਿਹੜੇ ਐਗਰੀਕਲਚਰ ਦੇ ਵਿੱਚ ਲੋੜ ਬਹੁਤ ਪੈਂਦੀ ਆ, ਉਹ ਵੀ 24 ਜਾਂ ਆਵਰ ਦੇ ਵਿੱਚ ਵੀਜ਼ਾ ਪ੍ਰੋਸੈਸ ਹੋ ਸਕਦਾ ਜੇ ਤੁਹਾਡਾ ਸਪੋਂਸਰ ਜਾਂ ਉਹਦੇ ਤੁਹਾਨੂੰ ਲੋੜ ਆ, ਤੁਹਾਡੀਆਂ ਕੁਆਲੀਫਿਕੇਸ਼ਨ ਪੂਰੀਆਂ ਸਹੀ ਆ, ਏਜ ਜਾਂ ਸਰਟੀਫਿਕੇਟ ਸਾਰੇ ਡਿਪੈਂਡ ਕਰਦਾ। ਸੋ ਵੱਧ ਜਾਣਕਾਰੀ ਲਈ ਹੋਰ ਆਪਾਂ ਇਹੀ ਕਹਿੰਦੇ ਹੁੰਦੇ ਹਾਂ, ਹੋਮ ਅਫੇਅਰ ਦੀ ਸਾਈਟ 'ਤੇ ਚੈੱਕ ਕਰੋ। ਆਸਟ੍ਰੇਲੀਆ ਦੇ ਵਿੱਚ ਇੰਨਾ ਫਾਸਟ ਜਿੰਨਾ ਹੁਣ ਟਾਈਮ ਕੀਤਾ ਗਿਆ, ਇਹ ਪਹਿਲਾਂ ਕਦੀ ਨਹੀਂ ਸੀਗਾ। ਜੀ ਜੀ ਬਿਲਕੁਲ, ਤੇ ਸਮਾਂ ਸਾਡੇ ਕੋਲ ਬਹੁਤ ਹੀ ਘੱਟ ਰਹਿ ਗਿਆ, ਤੇ ਜਾਂਦੇ ਜਾਂਦੇ ਜੋ ਆਸਟ੍ਰੇਲੀਆ ਦੇ ਵਿੱਚ ਵੌਇਸ ਰੈਫਰੈਂਡਮ ਚੱਲ ਰਿਹਾ, ਉਸ ਦੇ ਲਈ ਯੈਸ ਵੋਟਿੰਗ ਕੀਤੀ ਜਾ ਰਹੀ ਹੈ, ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਹਾਂ, ਅਸੀਂ ਦੇਖਿਆ ਜਾਵੇ ਤਾਂ ਕਹਿ ਨਹੀਂ ਸਕਦੇ ਵੀ ਜੈਸ ਹੋ ਰਹੀ, ਨੋ ਵੀ ਹੋ ਰਹੀ ਆ, ਆਪਣਾ ਆਪਣਾ ਅਧਿਕਾਰ ਆ ਉਹਦੇ ਉੱਤੇ। ਕੁਛ ਇੱਕ ਬੰਦੇ ਨੋ ਦਾ ਵੀ ਆ, ਬਰਾਬਰ ਬਰਾਬਰ ਹੁਣ ਆਉਣ ਆ ਰਿਹਾ ਕੰਮ, ਪਹਿਲਾਂ ਜੈਸ ਦੇ ਵਿੱਚ ਕਾਫੀ ਮੈਜੋਰਿਟੀ ਸੀਗਾ, ਹੁਣ ਉਹ ਇਹ ਆ ਰਿਹਾ ਵੀ ਜਿੱਦਾਂ ਹੁਣ ਆਪਣੇ ਰਿਜ਼ਰਵੇਸ਼ਨ ਆ। ਕੁਛ ਲੋਕਾਂ ਨੇ ਇਹ ਕਿਹਾ ਵੀ ਜਿਹੜੇ ਕਹਿੰਦੇ ਵੀ ਪਹਿਲਾਂ ਹੀ ਉਹਨਾਂ ਨੂੰ ਅਧਿਕਾਰ ਹੈਗੇ ਐਬੋਰੀਜਨਲ ਨੂੰ, ਜਾਂ ਜਿਹੜੇ ਮੂਲ ਨਿਵਾਸੀ ਆ, ਪਹਿਲਾਂ ਦੇ ਬਛਿੰਦੇ ਆਦਿ ਆ, ਉਹਨਾਂ ਦੇ ਜਦੋਂ ਅਸੀਂ ਜੋਬ ਅਪਲਾਈ ਕਰਦੇ, ਖਾਸ ਕਰਕੇ ਮੈਂ ਆਪਣੀ ਵੀ ਦੱਸਦਾ ਵੀ ਮੈਂ ਟੀਚਿੰਗ ਦੀ ਪਹਿਲਾਂ ਜੋਬ ਅਪਲਾਈ ਕਰਦਾ ਹੁੰਦਾ ਸੀ ਜਾਂ ਕਿਤੇ ਹੋਰ ਕਰਨੀ ਜਾਂ ਹੋਰ ਕੋਈ ਕਰਨਾ ਆਉਣ ਵੇਲੇ, ਤਾਂ ਉਹਦੇ ਵਿੱਚ ਥੱਲੇ ਲਿਖਿਆ ਹੁੰਦਾ ਵੀ ਪ੍ਰੈਫਰੈਂਸ ਜਿਹੜੀ ਆ ਉਹ ਲੋਕਲ ਜਾਂ ਉਹਨਾਂ ਦਾ ਕੋਟਾ ਹੁੰਦਾ, ਜਿਹੜੇ ਆਦਿਵਾਸੀ ਆ ਜਾਂ ਮੂਲ ਨਿਵਾਸੀ ਉਹਨਾਂ ਨੂੰ ਦਿੱਤੀ ਜਾਂਦੀ ਆ। ਜਿੱਦਾਂ ਫਿਰ ਪੰਜਾਬ ਵਿੱਚ ਵੀ ਇਹ ਹੋਣਾ ਚਾਹੀਦਾ, ਪੰਜਾਬ ਦੇ ਡੋਮੀਸਾਈਲ ਨੂੰ ਪ੍ਰੈਫਰੈਂਸ ਪਹਿਲਾਂ ਹੋਵੇ, ਨਾ ਕਿ ਬਾਹਰੋਂ ਸਰਕਾਰਾਂ ਲਿਆ ਕੇ ਹਿਮਾਚਲ ਹਰਿਆਣੇ ਵੱਲੋਂ ਜੋਬਾਂ ਤੁਹਾਡੀਆਂ ਪੰਜਾਬੀਆਂ ਦੇ ਉਹਨਾਂ ਨੂੰ ਪ੍ਰੋਵਾਈਡ ਕਰਾਉਣ, ਜਿੱਦਾਂ ਕਿ ਤੁਹਾਡੇ ਭਾਖੜਾ ਡੈਮ ਜਾਂ ਹੋਰ ਕਿਤੇ ਹੁੰਦਾ ਆਇਆ ਆ। ਸੋ ਇਹ ਆਪਣੇ ਆਪਣੇ ਸਟੇਟ ਦੇ ਰੂਲ ਆ, ਇੱਦਾਂ ਹੀ ਵਿਜੇ ਦੇ ਵਿੱਚ ਵੀ ਆ, ਜੇ ਨਿਊ ਸਾਊਥ ਵੇਲ ਨੂੰ ਲੋੜ ਆ ਜਾਂ ਇੱਦਾਂ ਹੀ ਜਾਂ ਮੈਲਬੋਰਨ ਨੂੰ ਲੋੜ ਆ, ਉਹ ਆਪਣੇ ਆਪਣੇ ਸਟੇਟ ਅਨੁਸਾਰ ਵੀਜ਼ਾ ਖੋਲਦੇ ਆ। ਸੋ ਇਸੇ ਤਰ੍ਹਾਂ ਜੈਸ ਨੋ ਦੀ ਵੀ ਇੱਦਾਂ ਚੱਲਦੀ ਆ, ਜੇ ਕਿਸੇ ਨੇ ਨੋ ਕਰਨੀ ਨੋ ਵੀ ਕਰ ਸਕਦਾ, ਪਰ ਜੈਸ ਦੇ ਵਿੱਚ ਜ਼ਿਆਦਾ ਇਸ ਕਰਕੇ ਚੱਲ ਰਿਹਾ ਵੀ ਜਿਹੜੇ ਬੰਦਿਆਂ ਦਾ ਦੇਸ਼ ਸੀਗਾ, ਜਿਹਨਾਂ ਦਾ ਇੱਥੇ ਕਬਜ਼ਾ ਸੀਗਾ, ਜਿਹਨਾਂ ਨੇ ਔਖੇ ਟਾਈਮ ਝੱਲੇ, ਜਾਂ ਬਾਹਰੋਂ ਆ ਕੇ ਇਹਨਾਂ ਦੇਸ਼ਾਂ ਨੇ ਜਾਂ ਗੋਰਿਆਂ ਨੇ ਉਹਨਾਂ ਨਾਲ ਧੱਕਾ ਕੀਤਾ, ਉਹਨਾਂ ਨੂੰ ਮਾਫ਼ੀ ਵੀ ਇਹਨਾਂ ਨੇ ਕਈਆਂ ਨੇ ਮੰਗੀ ਪਰ ਕਈਆਂ ਨੇ ਨਹੀਂ, ਪਰ ਉਹਨਾਂ ਦਾ ਫਿਰ ਵੀ ਰਾਈਟ ਬਣਦਾ ਵੀ ਉਸ ਹਿਸਾਬ ਨਾਲ ਵੀ ਜੈਸ ਵੀ ਹੋਣੀ ਚਾਹੀਦੀ, ਵੀ ਘੱਟੋ ਘੱਟ ਉਹਨਾਂ ਦੀ ਪਹਿਲ ਹੋਵੇ। ਸੋ ਅਸੀਂ ਤਾਂ ਇੰਨਾ ਨਹੀਂ ਕਹਿ ਸਕਦੇ, ਪਰ ਤੁਸੀਂ ਆਪਣੀ ਸੋਚ ਅਨੁਸਾਰ ਦੇਖ ਸਕਦੇ ਆ, ਮੈਜੋਰਿਟੀ ਆਫ ਬੰਦੇ ਜੈਸ ਦੇ ਵਿੱਚ ਵੀ ਹੈਗੇ ਆ ਤੇ ਨੋ ਦੇ ਵਿੱਚ ਵੀ ਹੈਗੇ, ਉਹ 14 ਅਕਤੂਬਰ ਨੂੰ ਹੋਣੀ ਹੈ। ਧਿਆਨ ਰੱਖਿਓ, ਡਿਪਾਰਟਮੈਂਟ ਵੱਲੋਂ ਜਾਂ ਮਿਊਂਸੀਪਲ ਕਮੇਟੀਆਂ ਵੱਲੋਂ ਜਾਂ ਸਾਨੂੰ ਕੌਂਸਲਾਂ ਵੱਲੋਂ ਇਹ ਮੈਸੇਜ ਵੀ ਨਬਦੀ ਪਾਇਆ ਸੀਗਾ ਵੀ ਜੇ ਕੋਈ ਵੋਟ ਪਹਿਲਾਂ ਪਾਉਣੀ ਚਾਹੁੰਦਾ 20 ਘੰਟੇ ਦੇ ਵਿੱਚ, ਜਾਂ ਹੁਣ ਵੀ ਵੋਟਿੰਗ ਸੈਂਟਰ ਖੋਲ ਦਿੱਤੇ ਗਏ ਆ, ਆਪਣੀ ਲੋਕਲ ਲਾਇਬ੍ਰੇਰੀ ਜਾ ਕੇ ਜਿੱਥੇ ਵੀ ਸੈਂਟਰ ਆ ਜਾਂ ਕੌਂਸਲ ਦੇ ਵਿੱਚ ਜਾ ਕੇ ਤੁਸੀਂ ਹੁਣ ਵੀ ਵੋਟ ਪਾ ਸਕਦੇ ਹੋ 14 ਨੂੰ। ਇੱਕ ਗੱਲ ਆਪਾਂ ਹੋਰ ਨਬਦੀ ਇੱਥੇ ਕਰਨ ਵਾਲੀ ਸੀ, ਸਾਡੇ ਇੱਕ ਚੈਰੀਟੇਬਲ ਸੰਸਥਾ ਆ ਕੋਗੈਗ ਨਾਂ ਦੀ, ਤੇ ਉਹ ਇੰਡੀਆ ਦੇ ਇੱਥੇ ਵੀ ਕਰਦੀ, ਉਹਨਾਂ ਦਾ ਵੀ ਇਹ ਪ੍ਰੋਗਰਾਮ ਉਹਨਾਂ ਨੇ ਇੱਕ ਰੱਖਿਆ ਹੋਇਆ ਆ, ਤੇ ਚੈਰੀਟੇਬਲ ਫੰਡ ਵਾਸਤੇ ਵੀ ਟੀਮਾਂ ਲਈ ਵੀ ਉਹ ਇੰਡੀਆ ਦੇ ਵਿੱਚ ਬਹੁਤ ਸੋਹਣਾ ਲਾਉਂਦੇ ਸਰ, ਪਰਮਜੀਤ ਸਿੰਘ ਬੈਨੀਪਾਲ ਜੀ ਆ ਭਾਜੀ ਤੇ ਨਾਲ ਉਹਨਾਂ ਦੀ ਟੀਮ, ਕਾਫੀ ਸਾਰੀਆਂ ਸੰਸਥਾਵਾਂ ਆ, ਬਹੁਤ ਹੀ ਨੇਕ ਕੰਮ ਕਰਦੇ ਆ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ, ਫਿਰ ਉਹਨਾਂ ਕੰਟੈਕਟ ਕਰਕੇ ਟੀਮ ਵਰਕ ਕਰਕੇ ਆਪਣਾ ਦਸਵੰਧ ਉਹ ਆਪ ਵੀ ਦਸਵੰਧ ਵਿੱਚੋਂ ਪਾਉਂਦੇ ਆ। ਸੋ ਤਾਕੀਦ ਕਰਦੇ ਹਾਂ ਵੀ ਤੁਸੀਂ ਉਹਦੇ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਆ, ਉਹ ਵੀ ਉਹਨਾਂ ਦਾ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਚਾਰਟ ਦੇ ਉੱਤੇ ਦਿਖਾ ਦਾਂਗੇ। 14 ਤੇ 15 ਤੋਂ ਪਹਿਲਾਂ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਆਪਣਾ ਯੋਗਦਾਨ ਪਾ ਸਕਦੇ ਆ। ਥੈਂਕ ਯੂ ਸਾਰਿਆਂ ਦਾ ਤੁਹਾਡੇ ਟਾਈਮ ਦੇਣ ਦੇ ਲਈ, ਹਿੱਸਾ ਪਾਉਣ ਦੇ ਲਈ ਜਾਂ ਕਮੈਂਟ ਕਰਨ ਲਈ। ਥੈਂਕਸ ਜੀ ਜੀ ਕਰਨਾ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਹੀ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਸ਼ਾਮਿਲ ਸਨ, ਜਿਨ੍ਹਾਂ ਦੇ ਵਿੱਚ ਵੈਦਰ ਨੂੰ ਲੈ ਕੇ, ਖੇਡਾਂ ਨੂੰ ਲੈ ਕੇ, ਵੀਜ਼ਿਆਂ ਨੂੰ ਲੈ ਕੇ, ਅਤੇ ਖਾਸ ਕਰਕੇ
चिंतित ने उधरले पंजाबी क्योंकि इधर आना उन्होंने बैन कर दिया गया तो वाकई ही जिस हिसाब के नाल चिंता का प्रगटावा करनैल सिंह जी वालों किया गया कि बहुत सारा लॉस है जड़ा वह आम लोगों को भुगतना पैना क्योंकि जमीना की खरीदो फरोखत का व्याहां दे विच कपड़े की या जिन्होंने गड्डिया बाइक अपने रिश्तेदारों तो बहुत सारिया उम्मीदा होंदिया ने जिन्हें व्याह शादियां सी या होर भी बहुत सारे काम जड़े उन्होंने सोचे होंगे ने कि साल के अखीर जावे तो आह काम जाके आप निबेड़ के आवेंगे या भारत के निबेड़ के आवेंगे तो उन्होंने बहुत ज़्यादा नुकसान झलना पै सकता है। सो सरकारा नूं बेनती है कि कृपा करके आपस दे विच जिहड़ा मन मुटाव है उसनूं खत्म किया जाए तो कोई भी संबंध ने जड़े वो विगाड़ के कुछ नहीं चलना। जेकर साडे आपसी संबंध वधिया होणगे तां मुनाफा सरकारा नूं ही होना है क्योंकि पैसा जनता का है उन्होंने ही इधर उधर खर्च करना है पर विचले जिहड़े शरारती अंसर हुंदे ने वो इस तरीके की फिक पा देंदे ने कि दो देशों दी आपस दे विच दुश्मनियां भी पवा देंदे ने। सो वोटां दा समय लोक सभा इलैक्शनस ने जिहड़ियां बहुत नेड़े ने तो हाले बहुत कुछ वेखना होर भी बाकी है। सो अज दे इस प्रोग्राम दे विच आना ही जी मिलांगे आप अगले हफ्ते फिर तो साडे खास प्रोग्राम आस्ट्रेलिया डायरी दे विच। तद तक दे लई सानूं दो इजाजत, सत श्री अकाल।